मार गया है बापू, मर गया ना है, मेरा मर गया है बापू। मैं लत्ता कोटता। ठीक है बापू, तेरा नाम किया? मेरा नाम दलेर सिंह। सन ऑफ प्यो का नाम किया? पता नहीं। आ चप्पलां बापू अड अड दियां पाई फिरदा है। आ चप्पलां ये कीदियां मां? ਅਲੀ ਚੌਂਕ ਦੇ ਕੋਲੇ ਮੈਡੀਵੇ ਹਸਪੀਟਲ ਦੇ ਆਸ ਪਾਸ ਘੁੰਮਦਾ ਮਿਲਿਆ। ਸਿਰ ਤੇ ਦੁਪੱਟਾ ਨਹੀਂ ਸੀ ਬਾਪੂ, ਇਹਨਾਂ ਗੰਦੇ ਕੱਪੜਿਆਂ ਦੇ ਵਿੱਚ ਉੱਥੇ ਸੜਕ ਤੇ ਘੁੰਮ ਰਿਹਾ ਸੀ। ਘਰ ਵਾਲੀ ਦਾ ਕੀ ਨਾਮ ਆ? ਉਹ ਲੈ ਦੱਸਵੇਂ ਆਖੀ ਜਾਂਦੇ ਨੇ। ਘਰ ਵਾਲੀ ਦਾ ਕੀ ਨਾਮ ਆ? ਉਹ ਮੈਂ ਨਹੀਂ ਬੋਲਦਾ, ਮੈਂ ਆਖੀ ਜਾਂਦਾ। ਬਾਪੂ ਤੈਨੂੰ ਮਾਰਿਆ ਕਿਸੇ ਨੇ? वाहेगुरु जी का खालसा, वाहेगुरु जी की फतेह। मैं चला जावा। बापू दलेर सिंह दसदा अपना नाम, उस तो अगे होर कुछ भी नहीं दस रहा। मैं चला जावा। बापू चला जावा। हाँ बापू बया थोड़ा कितना। ਕੱਪੜਿਆਂ ਦੀ ਹਾਲਤ ਇੰਨੀ ਮਾੜੀ ਹੈ, ਇੰਨੇ ਗੰਦੇ ਆ ਕੱਪੜੇ ਬਾਪੂ ਦੇ। ਮੈਂ ਨਹੀਂ ਕੁਛ ਲੈਣਾ। ਕਈ ਦਿਨ ਹੋ ਗਏ ਜਿਵੇਂ ਨਹਾਤਾ ਨੀ ਬਾਪੂ, ਇਸ਼ਨਾਨ ਨੀ ਕੀਤਾ। ਸਿਰ ਦੇ ਵਿੱਚ ਵੀ ਗੁੰਝਲਾਂ ਪਈਆਂ ਪਈਆਂ, ਜੂੜੇ ਦੇ ਵਿੱਚ, ਕੇਸਾਂ ਦੇ ਵਿੱਚ। ਦਸਤਾਰ ਵੀ ਗੰਦੀ ਹੋਈ ਆ। ਬਾਪੂ ਦਾ ਚਿੱਟਾ ਕੁੜਤਾ ਚੋਲਾ ਟਾਈਪ ਸਿਉਂਤਾ ਹੋਇਆ ਵਾ, ਉਹ ਵੀ ਗੰਦਾ ਹੋਇਆ ਪਿਆ ਵਾ। ਇਹ ਸਰਦਾਰ ਦਲੇਰ ਸਿੰਘ ਕਿੱਥੋਂ ਦਾ ਰਹਿਣ ਵਾਲਾ, ਕਿਹੜੇ ਪਿੰਡ ਦਾ ਰਹਿਣ ਵਾਲਾ, ਕੁਝ ਪਤਾ ਨਹੀਂ ਲੱਗ ਰਿਹਾ। ਫੋਟੋ ਨੂੰ ਸ਼ੇਅਰ ਕਰੋ, ਸਕਰੀਨਸ਼ਾਟ ਮਾਰ ਕੇ ਅੱਡੋ ਅੱਡ ਗਰੁੱਪਾਂ 'ਚ ਪਾਓ ਵੱਧ ਤੋਂ ਵੱਧ। ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ, ਇੰਸਟਾ 'ਤੇ ਪਾਓ, ਫੇਸਬੁੱਕ 'ਤੇ ਪਾਓ, ਵਟਸਐਪ ਦੇ ਗਰੁੱਪਾਂ 'ਚ ਪਾਓ। ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰਕੇ ਇਹਦਾ ਬਾਪੂ ਦਾ ਆਪਾਂ ਘਰ ਲੱਭੀਏ, ਸਾਡੀ ਮਦਦ ਕਰੋ। ਇਸ ਉਮਰ ਦੇ ਵਿੱਚ ਬਜ਼ੁਰਗ ਘਰਦਿਆਂ ਤੋਂ ਵਿਛੜ ਗਿਆ ਜਾਂ ਤਾਂ ਬਿਨਾਂ ਦੱਸਿਓ ਘਰੋਂ ਨਿਕਲ ਗਿਆ ਕਿਤੇ ਇੱਧਰੋਂ ਉੱਧਰ, ਸ਼ਾਇਦ ਉਹ ਪਰਿਵਾਰ ਲੱਭਦਾ। ਚੰਗਾ ਮੈਂ ਚੱਲ ਲਿਆ ਹੁਣ। ਸ਼ਾਇਦ ਇਹਦੇ ਬੱਚੇ ਲੱਭਦੇ ਫਿਰਦੇ ਹੋਣ, ਸ਼ਾਇਦ ਬੇਬੇ ਸਾਡੀ ਲੱਭਦੀ ਫਿਰਦੀ ਹੋਵੇ, ਮੇਰੇ ਸਿਰ ਦਾ ਸਾਈਂ ਕਿੱਧਰ ਗਿਆ ਬੁੱਢੇ ਬਾਰੇ। ਚਲਾ ਜਾਵਾਂ ਹੁਣ। ਸ਼ਾਇਦ ਦਾਦਾ ਦਾਦਾ ਕਰਨ ਵਾਲੇ ਪੋਤੇ ਪੋਤੀਆਂ ਬਾਪੂ ਦੀਆਂ। ਮੈਂ ਆਪਦੇ ਕਮਰੇ 'ਚ ਸੌਣਾ ਵਾ, ਚਲਾ ਜਾਵਾਂ। ਠੀਕ ਹੈ ਬਾਪੂ, ਕਿੱਥੇ ਕਮਰਾ ਤੇਰਾ? ਆ ਬਿਲਕੁਲ ਆ ਨਾਲ। ਉਹ ਸਾਹਮਣੇ ਆਹੋ ਉਹ ਬਾਰੀ ਵੀ ਰੱਖੀ ਉਹ 'ਚ, ਇਕੱਲਾ ਦਰਵਾਜ਼ਾ ਹੀ ਆ। ਓਏ ਆਹੋ ਨਹੀਂ, ਇੱਥੋਂ ਕਿਤੇ ਮੈਂ ਆਪ ਹੀ ਲਿਆਂਦਾ ਤੇ ਉੱਥੇ ਮੈਂ ਸੁੱਤਾ ਰਹਿੰਦਾ, ਕੀ ਆਉਣਾ ਹੈ ਤੂੰ? ਅੱਛਾ ਬਾਪੂ, ਹੋਰ ਤੇਰੇ ਕਮਰੇ 'ਚ ਫੋਟੋ ਲੱਗੀ ਹੈ ਬਾਪੂ ਕਿਸੇ ਦੀ? ਉਹ ਨਹੀਂ ਯਾਰ, ਉਹ ਐਵੇਂ ਬਸ। ਹੋਰ ਬਾਪੂ ਤੇਰੀ ਬਹੁਤੀ ਦਾ ਕੀ ਨਾਂ, ਤੇਰੀ ਘਰ ਵਾਲੀ ਦਾ ਬਾਪੂ ਕੀ ਨਾਮ ਆ? ਮੈਂ ਆਖੀ ਨਹੀਂ ਯਾਰ ਕਰਦਾ, ਮੈਂ ਆਖੀ ਜਾਂਦਾ ਜਦ ਤੂੰ ਕਦੇ। ਦੱਸਦੇ ਯਾਰ ਬਾਪੂ, ਦੱਸਦੇ ਯਾਰ, ਦੱਸਦੇ ਬਾਪੂ, ਦੱਸਦੇ। ਹਾਂ ਇਹ ਡਿਮੈਂਸ਼ੀਆ ਬਿਮਾਰੀ ਦਾ ਸ਼ਿਕਾਰ ਆ ਬਾਪੂ। ਚੰਗਾ, ਜਦੋਂ ਬਜ਼ੁਰਗ ਇੱਦਾਂ ਗੱਲਾਂ ਕਰਨ, ਇਹ ਡਿਮੈਂਸ਼ੀਆ ਦਾ ਸਿਮਟਮਸ ਨੇ ਜਿਹਦੇ 'ਚ ਆਪਣੀ ਸੋਝੀ ਬੋਝੀ ਜਿਹੜੀ ਪ੍ਰੈਜੈਂਟ ਦੀ ਅਤੇ ਫਿਊਚਰ ਦੀ ਬੰਦਾ ਬਿਲਕੁਲ ਭੁੱਲ ਜਾਂਦਾ, ਸਿਰਫ ਪਾਸਟ, ਪਿਛਲੀਆਂ ਗੱਲਾਂ ਦੀਆਂ ਕੁਛ ਗੱਲਾਂ ਯਾਦ ਆ ਜਿਹੜੀਆਂ। ਪੁਰਾਣੇ ਸਮੇਂ 'ਚ ਕੋਈ 10 ਸਾਲ 20 ਸਾਲ ਪਿੱਛੇ, 30 ਸਾਲ 40 ਸਾਲ ਪਿੱਛੇ ਚਲੇ ਜਾਂਦਾ ਬੰਦਾ ਆਪਣੀ ਜ਼ਿੰਦਗੀ 'ਚ। ਬਸ ਉਹਨਾਂ ਕੀ ਜਿਹੜਾ ਕੁਛ ਯਾਦ ਆਈ ਜਾਂਦਾ, ਮੂੰਹ ਦੇ ਵਿੱਚ ਉਹੀ ਬੜਬੜਾਈ ਜਾਂਦਾ, ਉਹੀ ਬੋਲੀ ਜਾਂਦਾ, ਉਹੀ ਗੱਲਾਂ ਕਰੀ ਜਾਂਦਾ ਬੰਦਾ। ਅਤੇ ਬਾਪੂ ਵੀ ਉਸੇ ਬਿਮਾਰੀ ਤੋਂ ਪੀੜਤ, ਡਿਮੈਂਸ਼ੀਆ ਤੋਂ। ਕਿਉਂਕਿ ਅਸੀਂ ਪਿਛਲੇ 8 ਸਾਲਾਂ 'ਚ ਬਹੁਤ ਸਾਰੇ ਬਜ਼ੁਰਗਾਂ ਨੂੰ, ਬਜ਼ੁਰਗ ਮਾਵਾਂ ਨੂੰ ਦੇਖਿਆ ਇਸ ਬਿਮਾਰੀ ਤੋਂ ਪੀੜਤ, ਆਪਣੇ ਆਪ ਨੂੰ ਵੀ ਭੁੱਲ ਜਾਂਦੇ ਆ। ਜੇ ਸਾਡੀ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਬਾਈ, ਸਾਡੇ ਨਾਲ ਜ਼ਰੂਰ ਸੰਪਰਕ ਕਰੋ, ਸਾਡੇ ਨੰਬਰ ਸਕਰੀਨ ਦੇ ਉੱਪਰ ਦਿੱਤੇ ਹੋਏ ਆ। ਸਾਡੇ ਸੁਪਨਿਆਂ ਦੇ ਘਰ 'ਚ ਆ ਬਾਪੂ, ਸਾਡਾ ਵੀ ਬਾਪੂ ਆ। ਜਿੰਨੇ ਦਿਨ ਤੁਸੀਂ ਨਹੀਂ ਆਉਂਦੇ, ਉਨੇ ਦਿਨ ਬਾਪੂ ਸਾਡੇ ਕੋਲ ਰਹਿ ਕੇ ਇੱਕ ਮਾਣ ਸਤਿਕਾਰ ਭਰਿਆ ਜੀਵਨ ਬਤੀਤ ਕਰ ਸਕੇ। ਸੰਗਤ ਨੂੰ ਬੇਨਤੀ ਅਰਦਾਸ ਕਰਿਓ, ਰਾਤ ਇਹ ਬਾਪੂ ਕਰੀਬ 10-11 ਵਜੇ ਲੁਧਿਆਣੇ ਏ ਆਲੀ ਚੌਂਕ ਦੇ ਕੋਲੇ ਮੈਡੀਵੇ ਹਸਪੀਟਲ ਦੇ ਆਸ ਪਾਸ ਘੁੰਮਦਾ ਮਿਲਿਆ। ਸਿਰ 'ਤੇ ਦੁਪੱਟਾ ਨਹੀਂ ਸੀ ਬਾਪੂ, ਇਹਨਾਂ ਗੰਦੇ ਕੱਪੜਿਆਂ ਦੇ ਵਿੱਚ ਉੱਥੇ ਸੜਕ 'ਤੇ ਘੁੰਮ ਰਿਹਾ ਸੀ। ਕੁਛ ਨੌਜਵਾਨ ਵੀਰਾਂ ਨੇ
ਇਹਦੀ ਇਸ ਹਾਲਤ ਨੂੰ ਦੇਖਦਿਆਂ ਹੋਇਆਂ ਬਾਪੂ ਨੂੰ ਇੱਥੇ ਸਾਡੇ ਕੋਲ ਲੈ ਕੇ ਆਉਂਦਾ ਮੋਟਰਸਾਈਕਲ 'ਤੇ ਬਿਠਾ ਕੇ। ਆਹੋ ਜਾਵਾਂ ਹੁਣ ਮੈਂ। ਅਤੇ ਹੁਣ ਤੁਸੀਂ ਅਗਲਾ ਸਫ਼ਰ ਜਿਹੜਾ ਬਾਪੂ ਦਾ ਉਹ ਤੁਸੀਂ ਤੈਅ ਕਰਾਉਣਾ ਬਾਪੂ ਦੇ ਘਰ ਤੱਕ ਦਾ। ਆਹ ਤਾਂ ਇੱਥੇ ਤਾਂ ਕਮਰਾ ਆ ਬਿਲਕੁਲ। ਚੱਲ ਫਿਰ ਚੱਲ ਬਾਪੂ ਚੱਲੀਏ ਚੱਲ। ਚੰਗਾ ਚੰਗਾ ਬਾਪੂ ਚੰਗਾ ਚੰਗਾ ਦਲੇਰ ਸਿੰਘ ਚੰਗਾ। ਆਹ ਚੱਪਲਾਂ ਬਾਪੂ ਅੱਡ ਅੱਡ ਦੀਆਂ ਪਾਈ ਫਿਰਦਾ। ਆਹ ਚੱਪਲਾਂ ਇਹ ਕਿਹਦੀਆਂ ਵਾ? ਅੱਛਾ ਪਤਾ ਨਹੀਂ ਤੂੰ ਵੇਖ ਲਿਆ ਜੇ ਬਸ ਚੁੱਪ ਕਰ ਦੋ। ਚੁੱਪ ਕਰ ਜਾਂਦਾ ਬਾਪੂ। ਬਾਪੂ ਤੇਰੇ ਕੋਲ ਆਧਾਰ ਕਾਰਡ ਹੈਗਾ ਤੇਰਾ? ਹੈ ਬਾਪੂ ਆਧਾਰ ਕਾਰਡ ਹੈਗਾ ਤੇਰਾ? ਆਹੋ ਹੈ ਬਾਪੂ। ਆਹੋ ਕਿਵੇਂ ਬਾਪੂ ਠੀਕ ਆ? ਆਹੋ ਅੱਛਾ ਆਹ ਕਮਰਾ ਬਾਪੂ ਦਾ ਮੰਜਾ ਪਿਆ ਬਾਪੂ ਦਾ। ਅੱਛਾ ਬਾਪੂ ਆਧਾਰ ਕਾਰਡ ਹੈਗਾ ਤੇਰੀ ਜੇਬ ਚ? ਬਾਪੂ ਜੀ ਦੀ ਜੇਬ ਚ ਇੱਕ ਤਾਂ ਚਾਬੀ ਆ ਦੇਖੋ ਹਨਾ, ਕੋਈ ਘਰ ਦੀ ਕੋਈ ਕਮਰੇ ਦੀ ਚਾਬੀ ਆ ਬਾਪੂ ਦੇ ਦੀ। ਇਹ ਕਾਹਦੀ ਚਾਬੀ ਆ ਬਾਪੂ? ਇਹ ਕਾਹਦੀ ਆ ਚਾਬੀ? ਹੈ ਬਾਪੂ ਕਾਹਦੀ ਚਾਬੀ ਆ? ਆਹੋ ਡਿਮੈਂਸ਼ੀਆ ਚਾਹੇ ਜਿੰਨਾ ਮਰਜ਼ੀ ਹੋ ਜਾਵੇ ਅੱਜ ਦੇ ਬੰਦੇ ਨੂੰ ਪੈਸਾ ਨਹੀਂ ਭੁੱਲਦਾ। ਦੇਖ ਪੈਸਾ ਇਹੋ ਜਿਹੀ ਚੀਜ਼ ਆ, ਵੱਡੀ ਤੋਂ ਵੱਡੀ ਬਿਮਾਰੀ ਵੀ ਪੈਸੇ। ਇਹ ਬਾਪੂ ਖਾ ਲਾ ਤੂੰ, ਦਾਲ ਭੁਜੀਆ ਵਾ ਖਾ ਲਾ। ਅੱਛਾ ਹਾਂ ਖਾ ਲਾ ਬਾਪੂ, ਲੈ ਕਰ ਹੱਥ ਕਰ। ਇਹ ਨਾ ਕਰੋ ਨਾ ਮੇਰੇ ਮੂੰਹ ਤੇ ਨਹੀਂ। ਓਏ ਖਾ ਲਾ ਯਾਰ ਤੂੰ ਲਾਇਆ ਵਾ। ਓਏ ਖਾ ਲਾ ਯਾਰ, ਕੋਈ ਨਾ ਦਲੇਰ ਸਿਆ ਪੂਰਾ ਦੰਦ ਨਹੀਂ ਹੈਗਾ, ਕੋਈ ਵੀ ਨਹੀਂ ਹੈਗਾ। ਦਿਖਾਈ ਮੂੰਹ ਖੋਲੀ ਆ ਵੇਲਾ। ਉਹ ਹੈਗੇ ਆ ਥੋੜੇ ਜਿਹੇ ਤਾਂ ਹੈਗੇ ਆ, ਤਿੰਨ ਚਾਰ ਦੰਦ ਤਾਂ ਹੈਗੇ ਆ ਬਾਪੂ। ਆਹੋ ਲਾ ਰਾਤਾਂ ਵਿੱਚ ਚੁੱਕੀਆਂ ਰੋਟੀਆਂ ਭਰੀ ਫਿਰਦਾ ਸੀ ਬਾਪੂ ਜੇਬ 'ਚ। ਚਲੋ ਤੂੰ ਲੈ ਲੈ, ਬਾਕੀ ਆ ਬਿਸਕੁਟਾਂ ਦੇ ਪੈਕਟ ਮੇਰੇ ਇੱਥੋਂ ਲਏ ਹੋਣੇ ਆ, ਆ 10 ਰੁਪਏ ਇੱਧਰ ਵੀ ਆ ਬਾਪੂ ਦੇ ਕੋਲੇ, ਉਹ ਪਕੌੜੀਆਂ ਬਾਪੂ ਨੇ ਪਾ ਲਈਆਂ ਜੇਬ 'ਚ। ਮੱਠੀਆਂ ਪਾਈਆਂ ਹੋਈਆਂ, ਹੈ ਬਾਪੂ। ਬਾਪੂ ਕੋਈ ਆਧਾਰ ਕਾਰਡ ਹੈ ਨੀ? ਆਧਾਰ ਕਾਰਡ ਪਾ ਦੇਣਾ। ਖੜਾ ਹੋਈ ਬਾਪੂ, ਖੜਾ ਹੋਈ ਮਾੜਾ ਜਿਹਾ। ਕਿੱਦਾਂ ਖੜਾ ਹੋਈ? ਹੋਰ ਤਾਂ ਹੈ ਨੀ ਕੁਛ ਬਾਪੂ ਕੋਲ। ਚਲੋ ਠੀਕ ਹੈ, ਚੰਗਾ ਬਾਪੂ ਫਿਰ ਸਤਿ ਸ੍ਰੀ ਅਕਾਲ। ਚੰਗਾ ਵੀਰ ਠੀਕ ਹੈ। ਬਾਪੂ ਪਿੰਡ ਦਾ ਕੀ ਨਾਂ ਤੇਰੇ ਦਾ? ਪਤਾ ਨਹੀਂ ਮੈਨੂੰ। ਐ ਨਾ ਕਹਿ ਯਾਰ ਬਾਪੂ, ਤੂੰ ਜਿੱਥੇ ਪਿੰਡ 'ਚ ਜੰਮਿਆ ਪਲਿਆ ਤੈਨੂੰ ਸਾਰਾ ਪਤਾ ਵਾ। ਪਤਾ ਨਹੀਂ। ਸਰਪੰਚ ਦਾ ਕੀ ਨਾਂ ਸੀ ਬਾਪੂ ਸਰਪੰਚ ਦਾ? ਸਾਰੀ ਰਾਤ ਮੈਂ ਬੰਦ ਰਵਾਂਗਾ, ਸਾਰੀ ਰਾਤ ਤੈਨੂੰ ਇੱਕ ਵਾਰੀ ਆਖ ਦਿੱਤਾ ਹੈ ਬਸ। ਠੀਕ ਹੈ ਬਾਪੂ। ਸਰਪੰਚ ਦਾ ਕੀ ਨਾਂ? ਸਰਪੰਚ ਦਾ ਨਹੀਂ ਕਿਉਂ ਆਖੀ ਜਾਂਦਾ? ਮੇਰੇ ਕੋਲੋਂ ਮਰਨਾ ਹੈ ਨਾ ਬਾਪੂ, ਮੈਨੂੰ ਨਾ ਮਾਰੀ। ਚੰਗਾ ਚਲੋ। ਕੀ ਨਾਂ ਬਾਪੂ ਸਰਪੰਚ ਦਾ? ਮਰ ਗਿਆ ਹੈ ਬਾਪੂ। ਮਰ ਗਿਆ ਨਾ ਮੇਰਾ ਮਰ ਗਿਆ ਬਾਪੂ, ਮੈਂ ਲੱਤਾਂ ਘੁੱਟਦਾ। ਮਰ ਗਿਆ ਨਾ ਮਰ ਗਿਆ ਕੀ ਹੋ ਗਿਆ ਮੇਰੇ ਬਾਪੂ ਨੂੰ? ਕੀ ਹੋ ਗਿਆ? ਠੀਕ ਹੈ ਖਲੋ ਜਾ ਨਾ ਬਾਪੂ, ਖੱਲੀਆਂ ਪਈਆਂ ਪਈਆਂ ਤਾਂ ਹੀ ਦੁਖਦੀਆਂ ਲੱਤਾਂ, ਆਰ ਇੱਧਰ ਵੀ ਖੁੱਲੀਆਂ ਆ ਰਿਹਾ। ਬਾਪੂ ਕਿੰਨੀਆਂ ਖੱਲੀਆਂ ਪਈਆਂ ਪਈਆਂ ਖੱਲੀਆਂ ਆ ਰੇ, ਖੱਲੀਆਂ ਪੈ ਗਈਆਂ ਸਾਰੀਆਂ। ਮੈਂ ਮਾਲਿਸ਼ ਕਰ ਦੇਣਾ ਸਰੋਂ ਦੇ ਤੇਲ ਨਾਲ, ਸਰੋਂ ਦੇ ਤੇਲ ਨਾਲ ਮਾਲਿਸ਼ ਕਰ ਦੇਣਾ, ਗਰਮ ਤੇਲ ਨਾਲ ਮਾਲਿਸ਼ ਕਰਦਾ ਗੋਡਿਆਂ ਦੀ ਨਾਲੇ ਪੱਟਾਂ ਦੀ, ਆਦੇ ਇੱਥੋਂ ਵੀ ਪੱਟ ਦੁਖੀ ਜਾਂਦੇ ਸਾਰੇ ਆਦੇ। ਮਾਰੀ ਜਾਂਦਾ ਹੈ ਬਾਪੂ ਦੇ, ਬਾਪੂ ਦੇ। ਬਾਪੂ ਆ ਕਿੱਥੇ ਬਣਵਾਈ ਸੀਗੀ ਮੋਰਨੀ?
बापू ए मोरनी केड़े मेले तो पवाई सी? ओ नहीं यार आखी जांदा है, आखी जांदा है। हैं बापू ओंकार है बापू केड़े मेले तो बनवाया सी? चलो ठीक है कोई है बापू केड़े मेले तो बनवाया सी? आहो चलो बस बस चलो बस नहीं नहीं मैं लत्तां घुटनियां बापू दियां। आहो मैं तां जाऊंगा पहले आपका पिंड दस तेरे दा पिंड दा नाम। आहो बस की नाम पिंड दा? हां बापू ओ ना उच्चा पाए पिंड दा की नाम? हां बापू पिंड दे सरपंच दा की नाम? सरपंच दा ओ नहीं यार तुसे जदों वेख लिया जे सारी रात जदों मेरे मुंह चो पानी आ की आखी जाना तू। ठीक है बापू दलेर सिंह नाम तेरा? दलेर सिंह। हां बस तेरा नाम दलेर सिंह? हां तेरे डैडी दा की नाम? तेरे बापू दा? आहो तेरे पिता जी दा की नाम? आहो बापू आहो थोड़े पिता जी दा की नाम? आहो वीर बस बस पोता हैगा? आहो की नाम पोते दा? ना बस जावा फिर मैं चंगा चंगा फिर चंगा चंगा सत श्री अकाल बापू चंगा चंगा बापू।